ਸਾਂਝਾ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਕਰਦੇ ਹਾਂ ਸਵਾਗਤ। ਮੈਂ ਰਣਵੀਰ ਛਾਨ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਮਿਊਨਿਸਪਲ ਜਿਹੜੇ ਚੋਣਾਂ ਨੇ 24 ਅਕਤੂਬਰ ਨੂੰ ਹੋਣ ਜਾ ਰਹੀਆਂ ਔਰ ਸਾਰੇ ਸ਼ਹਿਰ ਦੇ ਵਿੱਚ ਜਿਹੜਾ ਚਰਚਾ ਚੱਲ ਰਿਹਾ ਇਸ ਵੇਲੇ ਮੇਅਰ ਦੀ ਚੋਣ ਨੂੰ ਲੈ ਕੇ, ਉਹਦੇ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ। ਤੁਹਾਡੇ ਆਪਣੇ ਕੈਂਡੀਡੇਟ, ਤੁਹਾਡੇ ਆਪਣੇ ਬੌਬ ਸਿੰਘ, ਜਿਨ੍ਹਾਂ ਨੂੰ ਤੁਸੀਂ ਬੌਬ ਦੁਸਾਂਝ ਦੇ ਨਾਂ 'ਤੇ ਵੀ ਜਾਣਦੇ ਹੋ, ਬੌਬ ਦੁਸਾਂਝ ਸਿੰਘ, ਉਹਨਾਂ ਨਾਲ ਗੱਲਾਂ ਬਾਤਾਂ ਅੱਜ ਹੋਣਗੀਆਂ। ਬੌਬ ਜੀ, ਨਿੱਘਾ ਸਵਾਗਤ। ਰਵੀਰ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਸਮਾਂ ਦੇ ਰਹੇ ਹੋ। ਥੈਂਕ ਯੂ ਸੋ ਮਚ। ਨੋ ਪ੍ਰੋਬਲਮ ਸਰ, ਇਹ ਸਾਡੇ ਲਈ ਬੜੇ ਮਾਣ ਦੀ ਗੱਲ ਹੈ, ਖੁਸ਼ੀ ਦੀ ਗੱਲ ਹੈ ਕਿ ਤੁਸੀਂ ਪਹਿਲੇ ਤਾਂ ਵਧਾਈ ਦੇ ਪਾਤਰ ਹੋ ਕਿ ਐਡਾ ਵੱਡਾ ਜਿਹੜਾ ਫੈਸਲਾ ਲਿਆ ਹੈ, ਕੋਈ ਛੋਟੀ ਜਿਹੀ ਗੱਲ ਨਹੀਂ, ਬ੍ਰੈਂਪਟਨ ਮੇਅਰ ਦੀ ਚੋਣ ਲੜਨਾ ਜੀ, ਰਾਈਟ। ਲੇਕਿਨ ਇਹ ਕਿੱਦਾਂ ਦਿਮਾਗ ਤੁਹਾਡਾ ਆਇਆ ਕਿ ਮੈਂ ਮੇਅਰ ਦੀ ਚੋਣ ਲੜਾਂ? ਰਵੀਰ ਜੀ, ਬੜਾ ਵਧੀਆ ਸਵਾਲ ਤੁਹਾਡਾ। ਦੇਖੋ, ਮੈਂ 34 ਸਾਲ ਤੋਂ ਕੈਨੇਡਾ 'ਚ ਰਹਿ ਰਿਹਾ ਹਾਂ ਨਾ ਜੀ, ਅਤੇ ਜ਼ਿੰਦਗੀ ਦੇ ਵਿੱਚ ਬੜੇ ਉਤਰਾਅ ਚੜ੍ਹਾਅ ਦੇਖੇ ਨੇ, ਟਫ ਟਾਈਮ ਵੀ ਦੇਖਿਆ। ਬਟ ਯੂ ਸੀ ਦੈਟ ਵਟਸ ਗੋਇੰਗ ਔਨ ਬ੍ਰੈਂਪਟਨ, ਬ੍ਰੈਂਪਟਨ ਦੇ ਵਿੱਚ ਕੀ ਹੋ ਰਿਹਾ, ਅਤੇ ਜਦੋਂ ਤੁਸੀਂ ਦੇਖਦੇ ਹੋ ਕਿ ਅਸੀਂ ਸਾਰੇ ਜਣੇ ਦੇਖ ਰਹੇ ਹਾਂ, ਸਾਡੀ ਐਡੀ ਵੱਡੀ ਪਾਪੂਲੇਸ਼ਨ ਹੈ, ਇੰਨਾ ਵਧੀਆ ਸਾਡਾ ਸ਼ਹਿਰ ਸੀ, ਉਹ ਸ਼ਹਿਰ ਦਾ ਕੀ ਬਣ ਗਿਆ, ਅਤੇ ਰਾਤਾਂ ਨੂੰ ਤੁਹਾਨੂੰ ਨੀਂਦ ਨਹੀਂ ਆਉਂਦੀ ਵੀ ਅਸੀਂ ਰਹੀਏ ਕਿ ਨਾ ਰਹੀਏ, ਕਿੱਥੇ ਜਾਈਏ ਜਾਂ ਕੀ ਕਰੀਏ, ਹੈ ਨਾ। ਅਤੇ ਇੰਨੀ ਕਰਪਸ਼ਨ ਹੈ, ਇੰਨਾ ਕ੍ਰਾਈਮ ਹੈ, ਕੰਮ ਕੋਈ ਹੋਇਆ ਨਹੀਂ, ਕੌਂਸਲ ਸਾਡੀ ਆਪਸ ਵਿੱਚ ਲੜੀ ਜਾਂਦੀ ਹੈ, ਡਿਵੀਜ਼ਨ ਹੋਈ ਹੋਈ ਹੈ, ਕੋਈ ਕਿਸੇ ਦਾ ਕੰਮ ਨਹੀਂ ਹੋ ਰਿਹਾ, ਮੇਅਰ ਸਾਹਿਬ ਆਪਣੇ ਕਿਸੇ ਪਾਸੇ ਬਿਜੀ ਨੇ, ਇਹ ਸਾਰਾ ਕੁਛ ਦੇਖਿਆ। ਅਤੇ ਮੇਅਰ ਸੈਕਿੰਡ ਨੂੰ ਜੀ ਨੋਮੀਨੇਸ਼ਨ ਓਪਨ ਹੁੰਦੀਆਂ। ਅੱਛਾ, ਮਿਊਂਸੀਪਲ ਇਲੈਕਸ਼ਨ ਦਾ ਬਿਗਲ ਵੱਜ ਗਿਆ ਅੰਟਾਰੀਓ 'ਚ, ਠੀਕ ਹੈ। ਅਤੇ ਮੇਅਰ ਸੈਕਿੰਡ ਲੰਘ ਗਏ, ਮੇਅ ਲੰਘ ਗਈ, ਜੂਨ ਲੰਘ ਗਈ, ਜੁਲਾਈ ਲੰਘ ਗਏ, 3 ਮਹੀਨੇ ਲੰਘ ਗਏ, ਠੀਕ ਹੈ। ਸਾਡੀ ਐਡੀ ਵੱਡੀ ਪਾਪੂਲੇਸ਼ਨ ਹੈ, ਸਾਡੀ ਕਮਿਊਨਿਟੀ 'ਚੋਂ ਕਿਸੇ ਨੇ ਪੇਪਰ ਨਹੀਂ ਭਰੇ, ਕਿਸੇ ਨੇ ਐਪਲੀਕੇਸ਼ਨ ਨਹੀਂ ਨੋਮੀਨੇਟ ਕੀਤੀ, ਕਿਸੇ ਨੇ ਕੁਛ ਵੀ ਨਹੀਂ ਕੀਤਾ। ਅਗਸਤ 4 ਨੂੰ ਫਿਰ ਮੈਂ ਪੇਪਰ ਭਰਤਾ। ਅੱਛਾ, ਮੈਂ ਕਿਹਾ ਕੋਈ ਨਹੀਂ ਹੋਰ, ਮੈਂ ਆਪਣੇ ਤੁਹਾਡੇ ਵਰਗੇ 11 ਦੋਸਤਾਂ ਨਾਲ, ਆਪਣੀ ਟੀਮ ਨਾਲ, ਆਪਣੇ ਪਰਿਵਾਰ ਦੇ ਨਾਲ ਬੈਠ ਕੇ ਗੱਲਬਾਤ ਕੀਤੀ। ਅਤੇ ਮਾਜਿਸਤਾਨ ਵਿਕਰਮ, ਅੰਮ੍ਰਿਤ, ਮਨਵੀਰ ਕਹਿੰਦੇ ਡੈਡ ਇਜ਼ ਗੋਇੰਗ ਵੈਰੀ ਟਫ ਐਂਡ ਕੈਨ ਯੂ ਡੂ ਇਟ। ਐਸੇ ਜੋ ਅੱਜ ਦੇ ਹਾਲਾਤ ਨੇ, ਕਿਸੇ ਨੂੰ ਤਾਂ ਮੂਹਰੇ ਆਉਣਾ ਪਏਗਾ ਨਾ। ਤਾਂ ਇੱਕ ਤਾਂ ਪਾਰਟ ਇਹ ਹੋਇਆ ਕਿ ਕੋਈ ਅੱਗੇ ਨਹੀਂ ਆਇਆ, ਤਾਂ ਤੁਸੀਂ ਫੈਸਲਾ ਕਰ ਲਿਆ ਕਿ ਮੈਨੂੰ ਆਉਣਾ ਚਾਹੀਦਾ, ਦੱਸ ਰਹੇ, ਇੱਕ ਤਾਂ ਇਹ ਪਾਰਟ ਹੋ ਗਿਆ ਜੀ। ਦੂਜਾ, ਕਿਹੜੀ ਐਸੀ ਚੀਜ਼ ਸੀਗੀ ਜਿਹਨੇ ਤੁਹਾਨੂੰ ਖਿੱਚਿਆ ਕਿ ਨਹੀਂ ਯਾਰ ਮੈਨੂੰ ਅੱਗੇ ਆਉਣਾ ਚਾਹੀਦਾ? ਜਿਹੜੇ ਕੀ ਕ੍ਰਾਈਮ ਸੀਗਾ ਜਾਂ ਕੀ ਕਰਪਸ਼ਨ ਅਤੇ ਕ੍ਰਾਈਮ ਦੋ ਸੀ, ਅਤੇ ਕਰਪਸ਼ਨ ਕਰਪਸ਼ਨ ਸਿਟੀ ਹਾਲ ਦੇ ਵਿੱਚ ਚੱਲ ਰਹੀ ਹੈ, ਸਾਰਿਆਂ ਨੂੰ ਦਿਸਦਾ ਵੀ ਹੋ ਰਹੀ ਹੈ ਜੀ। ਦੂਸਰਾ ਕ੍ਰਾਈਮ ਹੈ, 400 ਤੋਂ ਵੱਧ ਕਾਰ ਚੋਰੀ ਹੋ ਰਹੀ ਆ, ਆਏ ਦਿਨ ਲੋਕ ਸਟੋਰ ਭੰਨੇ ਜਾ ਰਹੇ ਨੇ ਲੋਕਾਂ ਦੇ, ਗੋਲੀਆਂ ਚੱਲ ਰਹੀਆਂ ਨੇ ਸ਼ਹਿਰ ਦੇ ਵਿੱਚ, ਬੁਰਾ ਹਾਲ ਹੈ। ਅਤੇ ਜਦੋਂ ਤੁਸੀਂ ਦੇਖਦੇ ਹੋ ਸਾਰਾ ਕੁਛ, ਫਿਰ ਦੇਖ ਕੇ ਤੁਸੀਂ ਇਹ ਕਹੋ ਬਈ ਬਈ ਕੋਈ ਤਾਂ ਮੂਹਰੇ ਆਵੇ, ਨੋਬਡੀ ਕੇਮ, ਦੈਨ ਆਈ ਡਿਸਾਈਡ ਮਾਈ ਸੈਲਫ। ਅਤੇ ਫਿਰ ਅਸੀਂ ਕਿਹਾ ਵੀ ਨਹੀਂ ਵੇ, ਵਾਪਸਿਆਂ ਉੱਠ ਹੋਈ, ਆਪ ਹੀ ਕੁਛ ਕਰਨਾ ਪਏਗਾ, ਹਿੰਮਤ ਕਰਨੀ ਪਏਗੀ। ਅਤੇ ਦੇਖੋ, ਜੇ ਲੋਕ ਕਈ ਕਹਿੰਦੇ ਨੇ ਕਿ ਇੰਨਾ ਸੌਖਾ ਕੰਮ ਨਹੀਂ ਹੈ, ਮੈਂ ਕਹਿੰਦਾ ਜੀ ਦੇਖੋ, ਕੰਮ ਕੋਈ ਵੀ ਸੌਖਾ ਨਹੀਂ, ਕੋਈ ਸੌਖਾ ਨਹੀਂ, ਸਹੀ ਗੱਲ। ਜਿੰਨਾ ਚਿਰ ਤੁਸੀਂ ਐਂਟਰ ਨਹੀਂ ਹੁੰਦੇ ਕਿਤੇ, ਤੁਸੀਂ ਖਿਡਾਰੀ ਨਹੀਂ ਬਣਦੇ, ਉਨਾ ਚਿਰ ਤੁਸੀਂ ਜਿੱਤ ਨਹੀਂ ਸਕਦੇ। ਜਦੋਂ ਕੋਈ ਸਰਕਾਰ ਹੈ, ਜਾਂ ਆਪਣਾ ਪਿੰਡ ਹੀ ਲੈ ਲਓ ਤੁਸੀਂ, ਪਿੰਡ ਦੀ ਜਿਹੜੀ ਸਾਡੀ ਪੰਚਾਇਤ ਹੈ, ਪੰਚਾਇਤ ਹੀ ਵਾੜ ਹੀ ਖੇਤ ਨੂੰ ਖਾਈ ਜਾਵੇ, ਤਾਂ ਫਿਰ ਕਿਸੇ ਤੋਂ ਉੱਠਣਾ ਪਏਗਾ ਨਾ। ਕਿਸੇ ਨੂੰ? ਬ੍ਰਾਂਟਨ ਦੇ ਲੋਕਾਂ ਵਾਸਤੇ ਮੈਂ ਆਇਆ, ਮੈਂ ਕਿਹਾ ਵੀ ਇੱਕ ਇਹਦੇ ਵਿੱਚ ਕੀ ਹੁੰਦਾ ਨਾ, ਇਹਦੇ ਵਿੱਚ ਤੁਹਾਨੂੰ ਸਾਫ਼ ਸੁਥਰਾ ਹੋਣਾ ਚਾਹੀਦਾ, ਇਹ ਬੜਾ ਜ਼ਰੂਰੀ ਹੈ, ਇਹ ਬਹੁਤ ਜ਼ਰੂਰੀ। ਤੁਹਾਡੀ ਆਪਣੀ ਛਵੀ ਕਲੀਨ ਹੋਏਗੀ, ਜਦ ਤੱਕ ਤੁਸੀਂ ਆਪਣੀ ਕਲੀਨ ਹੋਊਗੇ ਤਾਂ ਹੀ ਦੂਸਰੇ ਨੂੰ ਤੁਸੀਂ ਸ਼ਹਿਰ ਦੀ ਸਫਾਈ ਕਰਨੀ ਹੈ, ਯੂ ਹੈਵ ਟੂ ਬੀ ਕਲੀਨ ਯੋਰਸੈਲਫ। ਅਤੇ ਫਿਰ ਜਦੋਂ ਇਹ ਕੀਤਾ ਫੈਸਲਾ, ਅਤੇ ਫਿਰ ਜਦੋਂ ਸਾਰੇ ਬ੍ਰਾਹਮਟੋਨੀਆਂ ਨਾਲ ਗੱਲਾਂ ਬਾਤਾਂ ਕੀਤੀਆਂ, ਅਤੇ ਉਹ ਕਹਿੰਦੇ ਯਾਰ ਅਸੀਂ ਤੇਰੇ ਨਾਲ ਆ, ਜੋ ਅੱਜ ਦੇ ਹਾਲਾਤ ਇਹਨਾਂ ਨੂੰ ਆਪਾਂ ਇਕੱਠੇ ਕਾਬੂ ਪਾਈਏ। ਤਾਂ ਇਹ ਫੈਸਲਾ ਫਿਰ ਲਿਆ, ਅਸੀਂ ਕਿਹਾ ਵੀ ਚਲੋ, ਪਤਾ ਕੀ ਆ, ਕਿਸੇ ਨਾ ਕਿਸੇ ਨੂੰ ਤਾਂ ਮੂਹਰੇ ਆਉਣਾ ਪਏਗਾ। ਤਾਂ ਜਿਵੇਂ ਤੁਸੀਂ ਗੱਲਬਾਤ ਕੀਤੀ ਹੈ, ਸਿਟੀ 'ਚ ਕਰਪਸ਼ਨ ਬਹੁਤ ਜ਼ਿਆਦਾ, ਅਤੇ ਕੀ ਤੁਹਾਡੇ ਦਿਮਾਗ 'ਚ ਆਈਡੀਆ ਹੈ ਕਿ ਕੀ ਸੋਚਿਆ ਤੁਸੀਂ ਕਿ ਕਰਪਸ਼ਨ ਨੂੰ ਮੈਂ ਕਿਵੇਂ ਬੰਦ ਕਰੂੰਗਾ, ਕੋਈ ਆਈਡੀਆ ਹੈ ਦਿਮਾਗ 'ਚ? ਦੇਖੋ, ਪਹਿਲਾਂ ਤੁਸੀਂ ਇਹ ਦੇਖੋ ਬਈ, ਉੱਥੇ ਜਿਹੜੇ ਗੇਟ ਕੀਪਰ ਨੇ ਜਿਨ੍ਹਾਂ ਨੇ ਸ਼ਹਿਰ ਨੂੰ ਜੱਫਾ ਪਾਇਆ ਹੋਇਆ ਜੀ ਜੀ ਜੀ, ਉਹ ਤੁਹਾਨੂੰ ਰਿਮੂਵ ਕਰਨੇ ਪੈਣਗੇ। ਯੂ ਹੈਵ ਟੂ ਬ੍ਰਿੰਗ ਓਨੈਸਟ ਪੀਪਲ, ਤੁਸੀਂ ਉਹਨਾਂ ਨੂੰ ਦੇਖ ਲਿਆ ਆਲਰੇਡੀ, ਪੈਟਕ ਬਰਾਊਨ ਕਿੱਥੋਂ ਆਏ, ਪਹਿਲਾਂ ਉਹਨਾਂ ਨੇ ਪ੍ਰੀਮੀਅਰ ਬਣਨਾ ਸੀ, ਉੱਥੇ ਗੱਲ ਨਹੀਂ ਬਣੀ, ਫਿਰ ਉਹ ਪੀਲ ਦੇ ਚੇਅਰ ਲਈ ਆ ਗਏ, ਪੀਲ ਦੇ ਚੇਅਰ ਦੀ ਡਾਗਫੋਰਡ ਸਾਹਿਬ ਨੇ ਸਾਡੇ ਪ੍ਰੀਮੀਅਰ ਨੇ 4 ਸਾਲ ਪਹਿਲਾਂ ਉਹ ਜਿਹੜੀ ਜੋਬ ਸੀ, ਜਦੋਂ ਅੱਗੇ ਇਲੈਕਸ਼ਨ ਹੁੰਦੀ ਸੀ ਨਾ ਮੇਅਰ ਦੀ, ਅਤੇ ਪੀਲ ਦੇ ਚੇਅਰ ਦੀ, ਅਤੇ ਸਿਟੀ ਕੌਂਸਲ ਰੀਜਨ ਕੌਂਸਲ ਦੀ ਹੁੰਦੀ ਹੁੰਦੀ ਸਕੂਲ ਟਰੱਸਟੀ ਦੀ, ਉਹ ਫਿਰ 2018 ਦੇ ਵਿੱਚ ਉਹ ਵੀ ਜਿਹੜੀ ਸੀ ਉਹ ਪੀਲ ਦੇ ਚੇਅਰ ਦੀ ਜਿਹੜੀ ਜੋਬ ਸੀ ਉਹ ਹਟਾ ਦਿੱਤੀ ਗਈ, ਤਾਂ ਦੈਨ ਹੀ ਕਮ ਫੋਰ ਮੇਅਰ।
ब्रामटन के मेयर बने, ठीक है ना, ब्रामटन के मेयर वास्ते आ गए जिदा भी, चलो ठीक है। मतलब ही वाज नॉट दैट सीरियस फॉर मेयर ओनली, नो नो नो, उनके की जमे रथ नहीं काम बनया ते तो है ही। सो ब्रामटन ही कीप एज ए बैकअप, कुछ होर नहीं ते है ब्रामटन है, ठीक है। तो दैन यह साल फिर मेयर साहब ने अपने पैट्रिक ब्राउन हुनी फैसला यह किया कि मैं हुण प्राइम मिनिस्टर बन, ब्रामटन छड़ता छड़ के प्राइम मिनिस्टर वाल किया, जो मिसयूज होया सिस्टम, अपने इंपलॉई जोड़े से मैंबरशिप यूज किए गए वो एक होर साइड है, पर उत्थे गल नहीं बनी, उतो डिसक्वालीफाइड हो गए, दैन ही कम बैक अगेन ब्रामटन। सो ब्रामटन एक बैकअप से रखिया होया भी जे किसते पासे कुछ नहीं हुंदा तां ब्रामटन दे विच। दूसरा वो सारे जिन्हें पैट्रिक ब्राउन दे बड़ी सी सारे स्कारबरो तो न्यागरा फॉल तो ओवन साउंड तो बैरी तो वो सारे लिया के सिटी दे विच फिट करते, अच्छा अपने बंदे अतां वो सारे फिट करन दे नाल करप्शन तो हो रही है जी, ठीक है। तो जो वो सारा कुछ हो रहा तो फिर असीं किन्ना चिर देखी जावांगे साडा टैक्स पेयर दा ਮਨੀ ਤੁਹਾਡੀ ਜੇਬ 'ਤੇ ਵਿੱਚੋਂ ਕਿਤੇ $20 ਉਰੇ ਪਰੇ ਹੋ ਜਾਣ ਘੱਟ 'ਚ ਲੱਭਦੇ ਫਿਰਦੇ ਨਾ, ਵੀ ਯਾਰ ਮੇਰੇ ਜੇਬ 'ਚ $20 ਸੀ ਕਿੱਥੇ ਗਏ, ਹੈ ਸਹੀ, ਸਾਰੇ ਸਾਰੀ ਫੈਮਿਲੀ ਨੂੰ ਪੁੱਛਦੇ ਫਿਰਦੇ ਮੈਂ ਇੱਥੇ ਰੱਖੇ ਸੀ ਜਾਂ ਕਿਤੇ ਚਲੇ ਗਏ, ਹੈ ਨਾ। ਇਹ ਤਾਂ ਮਿਲੀਅਨਸ ਡਾਲਰ ਵੇਸਟ ਕੀਤੇ ਜਾ ਰਹੇ ਨੇ, ਸਾਡਾ ਟੈਕਸ ਪੇਅਰ, ਅਸੀਂ ਟੈਕਸ ਪੇਅਰ ਹਾਂ, ਸਾਡੇ ਟੈਕਸ ਦੇ ਪੈਸੇ ਨੇ, ਅਸੀਂ 1.3 billion ਸਾਲ ਦਾ ਪ੍ਰੋਪਰਟੀ ਟੈਕਸ ਪੇ ਕਰਦੇ ਹਾਂ, ਸਾਨੂੰ ਉਹਦਾ ਹਿਸਾਬ ਹੋਣਾ ਚਾਹੀਦਾ ਕਿੱਥੇ ਜਾਂਦਾ, ਕਿਸੇ ਨੇ ਤਾਂ ਪੁੱਛਿਆ ਨਹੀਂ। ਹਾਂ ਮੈਂ ਤਾਂ ਆਰਡਰ ਕਰਾਵਾਂਗਾ ਜੀ ਸਰ, 4 ਸਾਲ ਦਾ, ਬਿਲਕੁਲ, ਵੀ 4 ਸਾਲ ਕਿਹਨੂੰ ਕਿੱਥੇ ਦਿੱਤੇ ਗਏ, ਅਮੀਰ ਬੰਦਾ ਅਮੀਰ ਹੁੰਦਾ ਜਾ ਰਿਹਾ, ਗਰੀਬ ਬੰਦਾ ਗਰੀਬ ਹੁੰਦਾ ਜਾ ਰਿਹਾ। ਅਤੇ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਬ੍ਰਹਮਟਨ ਦੇ ਵਿੱਚ ਕਰਪਸ਼ਨ ਵੀ ਵੱਧ ਰਹੀ ਹੈ, ਕ੍ਰਾਈਮ ਵੱਧ ਰਿਹਾ, ਡਿਵੈਲਪਮੈਂਟ ਨਹੀਂ ਹੋਈ, ਕਿਉਂ ਨਹੀਂ ਹੋ ਰਹੀ ਡਿਵੈਲਪਮੈਂਟ, ਵੈਸੇ ਕੀ ਲੱਗਦਾ? ਕਿਉਂਕਿ ਦੇਖੋ ਜਦੋਂ ਸਿਸਟਮ ਨਾਲ ਕੰਮ ਹੀ ਨਹੀਂ ਕੀਤਾ ਗਿਆ, ਡਿਵੈਲਪਮੈਂਟ ਨਹੀਂ ਹੋਈ, ਹੁਣ LRT ਮਿਸਾ ਕਾ ਤੋਂ ਆਉਣੀ, ਬ੍ਰਹਮਟਨ 'ਚ ਨਹੀਂ ਆ ਰਹੇ, ਠੀਕ ਹੈ। ਬ੍ਰਹਮਟਨ ਦੇ ਵਿੱਚ LRT 407 ਅਤੇ ਹਰਨਟਾਰੀਓ ਦੇ ਕੋਲੋਂ ਵਾਪਸ ਮੁੜ ਜਾਣੀ, ਬ੍ਰਹਮਟਨ ਨੇ ਕਿਹਾ ਵੀ ਨਹੀਂ, ਹੁਣ ਕਿੰਨੀਆਂ ਉਹਨਾਂ ਜੋਬਸ ਆਉਣੀਆਂ ਸੀ, ਬ੍ਰਹਮਟਨ ਦੇ ਇੰਡਸਟਰੀ ਨਹੀਂ ਆਈ, ਇੰਡਸਟਰੀ ਨਹੀਂ ਆਈ ਤਾਂ ਜੋਬਸ ਨਹੀਂ ਹੈਗੀਆਂ, ਲੋਕ ਕੰਮ ਬਾਹਰ ਕਰਨ ਜਾਂਦੇ। ਯੂਨੀਵਰਸਿਟੀ ਬ੍ਰਹਮਟਨ ਨੂੰ ਚਾਹੀਦੀ ਹੈ, ਅਜੇ ਪਿੰਡ ਵਸਿਆ ਨਹੀਂ, ਲੁੱਟਾਂ ਖੂਹਾਂ ਪਹਿਲਾਂ ਹੀ ਸ਼ੁਰੂ ਹੋ ਗਈਆਂ। ਪੈਟ੍ਰਿਕ ਬ੍ਰਾਊਨ ਨੇ $629,000 ਆਪਣੇ ਬੜੀ ਆਪਣੇ ਫਰੈਂਡ ਨੂੰ ਆਉਣ, ਹਜੇ ਯੂਨੀਵਰਸਿਟੀ ਸ਼ੁਰੂ ਵੀ ਨਹੀਂ ਹੋਈ, ਕੰਸਲਟੈਂਟ ਫੀ ਉਹਨੂੰ ਪੇ ਕਰਤੀ, ਅੱਛਾ ਪਹਿਲੇ ਹੀ ਪੇ ਕਰਤੀ, ਡਿਸਕ੍ਰਿਪਸ਼ਨ, ਠੀਕ ਹੈ, $629,000 $6,29,000 ਅੱਛਾ ਉਹਨੂੰ ਪੇ ਕਰਤਾ। ਹੁਣ ਉਹਦੀ ਇਨਵੈਸਟੀਗੇਸ਼ਨ ਚੱਲਦੀ ਸੀ, ਉਹ ਇਲੈਕਸ਼ਨ ਤੋਂ ਪਹਿਲਾਂ ਵੋਟਿੰਗ ਕਰਕੇ ਰੋਕ ਦਿੱਤੀ ਗਈ, ਠੀਕ ਹੈ, ਠੀਕ ਆ। ਉੱਥੇ ਵੀ ਸਿਟੀ ਕੌਂਸਲਰ ਨੇ ਇੱਕ ਵਿਅਕਤੀ ਨਹੀਂ ਪਹੁੰਚਿਆ, ਵੋਟਿੰਗ ਨਹੀਂ ਹੋਈ ਤਾਂ ਉਹ ਰੁਕ ਗਈ ਜਦੋਂ ਤੱਕ ਇਲੈਕਸ਼ਨ ਨਹੀਂ ਹੁੰਦੀ। ਹੁਣ ਉਹੋ ਜਿਹੇ ਕੰਮ ਜਿਹੜੇ ਆ ਉਹ ਨਹੀਂ ਹੋਣੇ ਚਾਹੀਦੇ, ਸਾਰੀ ਕੌਂਸਲ ਹੀ ਡਿਵੀਜ਼ਨ ਹੋਣ ਕਰਕੇ ਨੁਕਸਾਨ ਕਿਹਦਾ ਹੋ ਰਿਹਾ, ਤੁਹਾਡਾ ਅਤੇ ਮੇਰਾ। ਅੱਛਾ ਹੁਣ ਦੂਜੀ ਗੱਲ ਕਰੀਏ, ਆਪਾਂ ਕ੍ਰਾਈਮ ਦੀ ਗੱਲ ਕਰਦੇ, ਕ੍ਰਾਈਮ ਦੀ ਜੇ ਗੱਲ ਕਰਦੇ ਹਾਂ ਤਾਂ ਸ਼ਹਿਰ ਦੇ ਵਿੱਚ ਕਿੰਨੇ ਮੈਰੋਨ ਦਾ ਸਟੋਰ ਖੁੱਲ੍ਹੇ, ਬ੍ਰਹਮਟਨ ਦੇ ਵਿੱਚ 51 ਮੈਰੋਨ ਲਾਇਸੈਂਸ ਮਿਲੇ। ਅੱਛਾ ਫੈਡਰਲ ਸਰਕਾਰ ਨੇ, ਲੋਕ ਕੋਈ ਮੈਨੂੰ ਸਵਾਲ ਕਰਦੇ ਨੇ ਜੀ ਉਹ ਮੇਅਰ ਦਾ ਨਹੀਂ ਕਸੂਰ ਉਹਦੇ 'ਚ ਹੈਗਾ, ਉਹ ਫੈਡਰਲ ਸਰਕਾਰ ਨੇ ਲੀਗਲਾਈਜ਼ ਕੀਤੀ, ਨੋ ਫੈਡਰਲ ਸਰਕਾਰ ਨੇ ਲੀਗਲਾਈਜ਼ ਕੀਤੀ, ਵਾਈ ਨੋਟ ਓਪਨ ਮਿਸਾਗਾ, ਵਾਈ ਨੋਟ ਓਪਨ ਵਾਨ, ਸਭ ਤੋਂ ਜ਼ਿਆਦਾ ਲਾਇਸੈਂਸ ਦਿੱਤੇ ਗਏ, ਲਾਇਸੈਂਸ ਬ੍ਰਹਮਟਨ ਦੇ ਵਿੱਚ ਕੌਂਸਲ ਨੇ ਪਾਸ ਕੀਤਾ, ਬਿਜ਼ਨਸ ਖੋਲ੍ਹਣੇ ਚਾਹੀਦੇ। ਹੁਣ ਡਰੱਗ ਅਤੇ ਕ੍ਰਾਈਮ ਟੁਗੈਦਰ, ਆਮ ਬੰਦਾ ਜਿਹੜਾ ਸਧਾਰਨ ਬੰਦਾ ਨਾ ਜਿਹਨੇ ਸ਼ਾਮ ਨੂੰ ਆਪਣਾ ਟੱਬਰ ਪਾਲਣਾ ਉਹ ਕ੍ਰਾਈਮ ਨਹੀਂ ਕਰੇਗਾ, ਨਹੀਂ ਕਰੇਗਾ, ਕ੍ਰਾਈਮ ਕੌਣ ਕਰੇਗਾ ਜਿਹੜਾ ਨਸ਼ਾ ਕਰੇਗਾ। ਅੱਛਾ 30 ਸਟੋਰ ਔਲਰੇਡੀ ਖੁੱਲ ਚੁੱਕੇ, ਠੀਕ ਹੈ ਨਾ, ਬ੍ਰਹਮਟਨ ਦੇ ਵਿੱਚ। ਹੁਣ ਉਹ ਖੁੱਲ੍ਹਣ ਦੇ ਨਾਲ ਕ੍ਰਾਈਮ ਵਧਿਆ, ਦੂਸਰਾ ਕ੍ਰਾਈਮ ਵਧਣ ਦਾ ਕਾਰਨ ਇਹ ਸੀ ਰਣਵੀਰ ਜੀ, ਇਲੀਗਲ ਇਮੀਗ੍ਰੇਸ਼ਨ, ਜਦ ਕੋਈ ਵਿਅਕਤੀ ਹੁਣ ਫੜਿਆ ਜਾਂਦਾ ਤਾਂ ਉਹਦੇ ਵਿੱਚ ਉਹਨਾਂ ਕੋਲ ਨਾ ਫਿਕਸ ਐਡਰੈਸ ਹੈ ਨਾ ਉਹਨਾਂ ਕੋਲ ਆਈਡੈਂਟੀਫਿਕੇਸ਼ਨ ਹੈ, ਉਹ ਲੋਕ ਫੜੇ ਜਾਂਦੇ ਨੇ, ਉਹ ਬੰਦ ਹੋਣੀ ਚਾਹੀਦੀ ਹੈ ਜਿਹੜੇ ਲੋਕ ਕ੍ਰਾਈਮ ਕਰਦੇ ਨੇ। ਦੂਸਰੇ ਪਾਸੇ ਅਸੀਂ ਕਈ ਵਾਰੀ ਕਹਿੰਦੇ ਜੀ ਇਹ ਸਾਡੇ ਬੰਦਿਆਂ ਦੀ ਗੱਲ ਕਰਦੇ ਨੇ, ਦੇਖੋ ਬ੍ਰਹਮਟਨ ਇਕੱਲਾ ਸਾਡੇ ਬੰਦਿਆਂ ਦਾ ਨਹੀਂ ਹੈਗਾ, ਬ੍ਰਹਮਟਨ ਇਜ਼ ਆਲ ਫਰੋਮ ਬ੍ਰਹਮਟੋਨੀ, ਕਿੰਨੀਆਂ ਕਮਿਊਨਿਟੀਆਂ ਇੱਥੇ ਵੱਸਦੀਆਂ ਨੇ। ਜੇ ਕੋਈ ਵਿਅਕਤੀ ਕ੍ਰਾਈਮ ਕਰਦਾ, ਕਹਿੰਦੇ ਕ੍ਰਾਈਮ ਕਿੱਦਾਂ ਰੋਕਿਆ ਜਾਊਗਾ, ਜੇ ਕੋਈ ਵਿਅਕਤੀ ਕ੍ਰਾਈਮ ਕਰਦਾ ਆਈ ਹੈਵ ਟੂ ਟਾਕ ਵਿਦ ਫੈਡਰਲ, ਆਈ ਹੈਵ ਟੂ ਟਾਕ ਵਿਦ ਪ੍ਰੋਵਿੰਸ, ਜਿਹੜੇ ਸਾਡਾ ਜਸਟਿਸ ਸਿਸਟਮ ਹੈ ਉਹਨੂੰ ਸਖਤੀ ਕਰਨੀ ਪਏਗੀ। ਓਕੇ, ਇੱਕ ਬੰਦਾ ਕ੍ਰਾਈਮ ਕਰਦਾ ਦੂਸਰੇ ਦਿਨ ਉਹਦੀ ਬੇਲ ਹੋ ਜਾਂਦੀ, ਉਹ ਫਿਰ ਸੜਕਾਂ 'ਤੇ, ਜਦੋਂ ਕਿਸੇ ਬੰਦੇ ਨੂੰ ਪਤਾ ਹੋਏਗਾ ਕਿ ਮੈਂ ਜੇ ਕੋਈ ਕ੍ਰਾਈਮ ਕੀਤਾ ਮੇਰੀ ਸਜ਼ਾ ਸਖਤ ਹੋਣੀ ਆ, ਮੈਨੂੰ ਵਾਪਸ ਵੀ ਜਾਣਾ ਪੈ ਸਕਦਾ, ਅਤੇ ਜੇ ਉਸ ਵਿਅਕਤੀ ਨੂੰ
चार्ज करके विद इन 7 डेज सेंड दम बैक किसी कंट्री तो आई हैव डजंट मैटर। कैनेडा बहुत बढ़िया मुल्क है, ब्रामटन बहुत बढ़िया शहर है, वी नो नीड क्रिमिनल्स हियर, ये रोकने लिए करना हो ठीक है। कि पिछले 4 सालों के साडे मेयर ने एक भी मीटिंग की पुलिस के नाल साडे शहर च इन्ना क्राइम हो रहा कि लोगों के नाल बैठ के गल की भी साढ़े शहर इन्ना क्राइम हो रहा उन्होंने किदा आप हटाइए। लोग डरे पे ने, मैं डोर नॉक करने जाता लोग दरवाजा नहीं खोलते, डरते ने सवेर न उठ के। बहुत जरूरी है जी ये चेंज लेना, और मैं तो थोड़ा धन्यवाद भी करदा कि वाकई कि तुम हिम्मत की है, हिम्मत दिखाई है कि मैं अगे आवा, और सारे मैं बेनती भी करदा कि प्लीज़ फैसला थोड़े हाथ है और तुम देखो कि करना चाहिए। कैंडीडेट के बारे जानो जरूर, थोड़ी वो पिछोकड़ जानो कि उन्हें कितने काम किया और उन्होंने की बैकग्राउंड रही है। हाँ जी, और यू आर ए फैमिली परसन, वैल स्टैबलिश्ड हो तुम, थोड़ा परिवार वैल स्टैबलिश्ड है, ये चीज़ें बड़ी काउंट कर दी हैं अगे जाने लिए। रणवीर जी देखो असं कितने जॉब अपलाई करना चाहते हैं ना, जॉब अपलाई करते हैं तो साढ़े को रेफरेंस पूछते हैं भी तुम कितने कितने पहला काम किया, उन्होंने कॉल करते हैं कि बॉब कहे जा रणवीर कहे जा, दैन दे गिव यू द जॉब। तुहानू वोट पाउण वेले ये जरूर देखना पएगा कि जिहड़ा भी व्यक्ति इलैक्शन लड़ रहा उहदे पिछे कौन है, बिल्कुल उहदे पिछे टीम कौन आ, उहनू लै के कौन आया, बिल्कुल सही गल ठीक है। कि उहनां नू वधिया लोक ने पिछे जां जिथे जिथे उस व्यक्ति ने कम किया कि उह लोक जिहड़े उहतों सैटिस्फाई ने, क्योंकि साडा पर्पस है करप्शन नू बंद करना, दैट्स राइट, उहनू कंट्रोल करना है। किते इस तरह तो नहीं हो रहा कि जिन्हों तुसीं वोट पाउण जा रहे हो उहदे नाल करप्शन होर वधेगी, दैट्स इट, उह जे बंदा अगे आ गया या कोई ABC कोई भी आ गया, कोई भी आ गया ते उहदे नाल करप्शन वधेगी, ये फैसला पब्लिक ने करना, पब्लिक ने करना। मैं तो यह कहना जी लोगों नू वोट पाउण वेले बड़ा ध्यान रखना चाहिए। देखो कई बार की होंदा ना रणवीर जी, जदों प्रोवेंशियल इलेक्शन होंदी फैडरल होंदी साडा उधर नू ज्यादा मोह है, जिहड़ी म्यूनसीपल इलेक्शन होंदी है असीं कहिंदे कोई गल नहीं कर दी ओके, बट इट्स नॉट राइट, बहुत इंपॉर्टेंट है साडा वाह वास्ता ज्यादा साडे सिटी नाल पैंदा, सिटी नाल पैंदा ठीक है, जिथे रहिंदे असीं सानू, हां जिथे रोजाना दीआं लोड़ां ने साडीआं, जे शहर च असीं रहिंदे आ ते अपने शहर नू असीं वधिया किद्दां बनाउणा, वोटां पा के वोटां पाउण निकलो इस साल, बिल्कुल वोटां जिहड़ियां ने 24 अक्तूबर नू, 24 अक्तूबर नू है दिवाली, बट 5 दिन इसे करके एडवांस पोलिंग वास्ते 7, 8, 9 अक्तूबर ते 14, 15 दो वीकेंड पैंदे ने, एक लोंग वीकेंड है एक दूसरा वीकेंड है, उन्होंने वध तो वध वोट पाउण लई निकलो, बिल्कुल सही, जिसनों भी तुसीं वोट, ये नहीं है हल नहीं है जी असीं किसी नूं पाउणी ये तां इदां ही रहना, यह हल नहीं है, वोट पाउण निकलो, कैंडीडेट नूं पछाणो भई इहदे पिछे कौन है, भई साडा की सुधार कर सकदा, की कुछ व्यक्ति ने कीता होया, तां उह सारियां गल्लां देख के फिर अपनी वोट पाओ, बिल्कुल जी। और बाकी फैसला तुहाडे हत्थ है, और बॉब जी ने अपनी सारी गलबात दस दी है, लेकिन सोचो जरूर वोट पाउण तो पहले सोचना जरूर है कि किनू वोट पानी और क्यों पानी है। बॉब जी बहुत बहुत धन्यवाद, शुभकामनाएं तुहानू, थैंक यू सो मच। किसी ने मेरे नाल गलबात करनी होवे तां मेरा पिछले तकरीबन 30 सालों सेम फोन नंबर है जी, 416-419-7777। इस फोन ते तुसीं कॉल करके अपने कंसर्न दसो जी, ते मैं वादा करदा जी क्योंकि लोगों के नाल रल के आपां चलना, जदों मैं लोगों नाल स्टैंड करांगा ते लोग मेरे नाल स्टैंड करनगे तां असीं अपने शहर नूं बदल सकदे आं, ब्रामटन नूं बहुत वधिया बना सकदे आं। मैनूं कॉल कर लो 416-419-7777। सानूं वलंटियर दी वी जरूरत है, 2131 विलियम पार्कवे ते कैंपेन ऑफिस है, 2131 विलियम्स पार्क है, यूनिट नंबर 15 गिल स्वीट के बिल्कुल पिछले पासे है, इत्थे आओ आ के साडे नाल गलबात करो ते आपां रल के इकट्ठे हो के करप्शन नूं क्राइम नूं नत्थ पाईए, शहर नूं वधिया बनाईए, डिवेलपमेंट लैके आईए, जिहड़े शहर के कम रोके हुए ने वो होने चाहिए ने, इत्थे इंडस्ट्री आनी चाहीदी आ, दूसरे शहरां दे नाल तुसीं ब्रामटन नूं कंपेयर करो, उन्नी डिवेलपमेंट नहीं हुई जिनी होनी चाहिए सी। मैं तुहाडे नाल वादा करदा कि एक तुहाडा दिता होया पैसा जिहड़ा उस शहर की उसारी ते लगेगा। क्या बात है जी, बहुत बहुत धन्यवाद, शुभकामनाएं, थैंक यू सो मच, धन्यवाद जी, सत श्री अकाल।